ਨੁਕਸਾਨ ਤਾਂ ਬਹੁਤ ਵੇਖੋ ਜੀ, ਪਾਣੀ ਬਹੁਤ ਖਲੋਤਾ ਹੈ ਅਤੇ ਸਾਰੀ ਫਸਲ ਗਿੱਲੀ ਹੋ ਗਈ, ਸਾਰਾ ਮਾਲ ਸਾਰਾ ਦੁਬਾਰਾ ਮਿਹਨਤ ਕਰਨੀ ਪੈਣੀ ਇਹਨਾਂ ਨੂੰ, ਸਾਰਾ ਉਲਟੀ ਪਲਟੀ ਮਾਲ ਕਰਨਾ ਪੈਣਾ। ਪ੍ਰਬੰਧ ਇੱਥੇ ਸ਼ੈੱਡ ਬਣਨੇ ਚਾਹੀਦੇ ਆ, ਇਹਦੇ ਸ਼ੈੱਡ ਬਣਨੇ ਚਾਹੀਦੇ ਆ, ਜਿਹੜੀ ਫਸਲ ਸ਼ੈੱਡਾਂ ਥੱਲੇ ਆਵੇ। ਇਹਨਾਂ ਨੇ ਮੰਡੀ ਦੀਆਂ ਪਰਚੀਆਂ ਜਿਹੜੀਆਂ ਤਿੰਨ ਤਿੰਨ ਅਤੇ ਚਾਰ ਚਾਰ ਸੌ ਪਰਚੀਆਂ ਲਾਈਆਂ ਸੀ, ਪ੍ਰਬੰਧ ਕੁਛ ਨਹੀਂ ਹੈਗਾ ਇੱਥੇ, ਨਾ ਕੋਈ ਲੈਟਰਿੰਗ ਬਾਥਰੂਮ ਕੁਛ ਵੀ ਨਹੀਂ। ਨੁਕਸਾਨ ਬਹੁਤ ਹੋ ਗਿਆ ਜੋ, ਸਾਰਾ ਮਾਲ ਗਿੱਲਾ ਹੋ ਗਿਆ ਜੋ, ਇਹ ਦੁਬਾਰਾ ਖਾਲੀ ਕਰਕੇ ਫਿਰ ਭਰਨਾ ਪੈਣਾ। ਸਰਕਾਰ ਤੋਂ ਹੀ ਵੀਰ ਜੀ ਇਹ ਮੰਗ ਕਰਦੇ ਵੀ ਸ਼ੈੱਡ ਬਣਨੇ ਚਾਹੀਦੇ ਆ, ਅਤੇ ਟੈਂਡਰ ਗੱਡੀਆਂ ਦੇ ਰੇਟ ਵੱਧਦੇ ਪੈਣੇ ਚਾਹੀਦੇ ਆ, ਟਾਈਮ ਨਾਲ ਮਾਲ ਚੁੱਕਿਆ ਜਾਣਾ ਚਾਹੀਦਾ ਜੀ, ਮਾਲ ਟਾਈਮ ਨਾਲ ਚੁੱਕਿਆ ਨਹੀਂ ਜਾਂਦਾ, ਮਾਲ ਖਰਾਬ ਹੁੰਦਾ ਰਹਿੰਦਾ, ਰੋਲਦਾ ਰਹਿੰਦਾ ਮਹੀਨਾ ਮਹੀਨਾ ਮਾਲ। ਕਿਸਾਨ ਨੂੰ ਘੱਟੋ ਘੱਟ ਨਹੀਂ ਤਾਂ ਪ੍ਰਤੀ ਏਕੜ ਦੇ ਪਿੱਛੇ 20-25 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ, ਜਿਹਦਾ ਕਿ ਬਹੁਤ ਭਾਰੀ ਘਾਟਾ ਵਾ। ਕਿਸਾਨ ਪਹਿਲਾਂ ਹੀ ਜਿਹੜਾ ਵਾ ਕਰਜ਼ੇ ਦੀ ਬੋਝ ਥੱਲੇ ਆ, ਅਤੇ ਜਿਹੜੀ ਬਰਸਾਤ ਦੇ ਨਾਲ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ। ਜਿੱਥੇ ਇੱਕ ਪਾਸੇ ਬੇਮੌਸਮੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਇਸ ਬਰਸਾਤ ਨੇ ਕਿਸਾਨਾਂ ਦਾ ਕਾਫੀ ਨੁਕਸਾਨ ਕੀਤਾ ਹੈ। ਜੇਕਰ ਗੱਲ ਕਰੀਏ ਤਾਂ ਬੀਤੇ ਦਿਨ ਤੋਂ ਪੰਜਾਬ ਦੇ ਵਿੱਚ ਹਲਕੀ ਬੂੰਦਾਬਾਰੀ ਅਤੇ ਕਈ ਵਾਰ ਤੇਜ਼ ਹਨੇਰੀ ਝੱਖੜ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤੋਂ ਬਾਅਦ ਕਿਸਾਨਾਂ ਦੀ ਪੁੱਤਾਂ ਵਾਂਗ ਵਾਲੀ ਫਸਲ ਦਾ ਵੀ ਨੁਕਸਾਨ ਹੋ ਰਿਹਾ। ਨਾ ਸਿਰਫ ਖੇਤਾਂ ਦੇ ਵਿੱਚ ਖੜ੍ਹੀ ਹੋਈ ਫਸਲ ਨੂੰ ਨੁਕਸਾਨ ਪਹੁੰਚ ਰਿਹਾ, ਉੱਥੇ ਹੀ ਬਲਕਿ ਮੰਡੀਆਂ ਦੇ ਵਿੱਚ ਪਈ ਫਸਲ ਨੂੰ ਵੀ ਕਾਫੀ ਨੁਕਸਾਨ ਪਹੁੰਚ ਰਿਹਾ। ਅਜਿਹਾ ਹੀ ਕੁਛ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਹੋਈ ਬਾਰਿਸ਼ ਦੇ ਕਾਰਨ ਕਿਸਾਨਾਂ ਦੀ ਫਸਲ ਗਿੱਲੀ ਹੋ ਗਈ ਹੈ। ਉੱਥੇ ਹੀ ਕਿਸਾਨਾਂ ਦੇ ਵਿੱਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਆਂ ਦੇ ਵਿੱਚ ਇਸ ਵਾਰ ਕਿਸੇ ਵੀ ਤਰੀਕੇ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਮੰਡੀਆਂ ਦੇ ਵਿੱਚ ਸ਼ੈੱਡਾਂ ਨਾ ਹੋਣ ਕਾਰਨ ਕਿਸਾਨਾਂ ਦੀ ਫਸਲ ਸਾਰੀ ਰਾਤ ਮੀਂਹ ਦੇ ਵਿੱਚ ਭਿੱਜਦੀ ਰਹੀ, ਜਿਸ ਕਾਰਨ ਹੁਣ ਫਸਲ ਗਿੱਲੀ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਇਸਦਾ ਨੁਕਸਾਨ ਹੋਵੇਗਾ। ਨੁਕਸਾਨ ਬਹੁਤ ਵੇਖੋ ਜੀ, ਪਾਣੀ ਬਹੁਤ ਖਲੋਤਾ ਹੈ ਅਤੇ ਸਾਰੀ ਫਸਲ ਗਿੱਲੀ ਹੋ ਗਈ, ਸਾਰਾ ਮਾਲ ਸਾਰਾ ਦੁਬਾਰਾ ਮਿਹਨਤ ਕਰਨੀ ਪੈਣੀ ਇਹਨਾਂ ਨੂੰ, ਸਾਰਾ ਉਲਟੀ ਪਲਟੀ ਮਾਲ ਕਰਨਾ ਪੈਣਾ। ਅਸੀਂ ਗੱਡੀਆਂ ਭਰ ਕੇ ਖੜੀਆਂ ਸੀ, ਗੱਡੀਆਂ ਅੱਧੀਆਂ ਅੱਧੀਆਂ ਗਿੱਲੀਆਂ ਹੋ ਗਈਆਂ, ਵੇਖੋ ਅੱਧੀਆਂ ਫਿਰ ਵਾਪਸ ਭੇਜਤੀ ਉਹਨਾਂ ਨੇ, ਅਤੇ ਹੁਣ ਦੁਕਾਨ ਦੇ ਖਲੋਤੇ ਵੇਖੋ ਕੀ ਕਰਦੇ ਆ, ਫੋਨ ਲਾਉਂਦੇ ਦੁਕਾਨ ਵਾਲਿਆਂ ਨੂੰ ਵੀ ਗੱਡੀਆਂ ਤੁਹਾਡੀਆਂ ਵਾਪਸ ਆ ਗਈਆਂ ਜੀ। ਕਿਸਾਨਾਂ ਦਾ ਜਿਹੜਾ ਖਰਚਾ ਹੈ ਮੀਂਹ ਬਰਸਾਤ ਆਉਣ ਦੇ ਨਾਲ ਜਦੋਂ ਫਸਲ ਗਿੱਲੀ ਹੁੰਦੀ ਹੈ, ਡਬਲ ਹੋ ਜਾਂਦਾ? ਉਹ ਤਾਂ ਡਬਲ ਹੁੰਦਾ ਜੀ। ਕੀ ਲੱਗਦਾ ਕਿ ਮੰਡੀ ਦੇ ਵਿੱਚ ਕਿਹੜੇ ਪ੍ਰਬੰਧ ਹੋਣੇ ਚਾਹੀਦੇ ਜਿਸ ਦੇ ਕਰਕੇ ਨੁਕਸਾਨ ਤੋਂ ਬਚਾਓ? ਪ੍ਰਬੰਧ ਇੱਥੇ ਸ਼ੈੱਡ ਬਣਨੇ ਚਾਹੀਦੇ ਆ, ਹਾਂਜੀ ਇਹਦੇ ਸ਼ੈੱਡ ਬਣਨੇ ਚਾਹੀਦੇ ਆ, ਜਿਹੜੀ ਫਸਲ ਸ਼ੈੱਡਾਂ ਥੱਲੇ ਆਵੇ। ਇਹਨਾਂ ਨੇ ਮੰਡੀ ਦੀਆਂ ਪਰਚੀਆਂ ਜਿਹੜੀਆਂ ਤਿੰਨ ਤਿੰਨ ਅਤੇ ਚਾਰ ਚਾਰ ਸੌ ਪਰਚੀਆਂ ਲਾਈਆਂ ਸੀ, ਪ੍ਰਬੰਧ ਕੁਛ ਨਹੀਂ ਹੈਗਾ ਇੱਥੇ, ਨਾ ਕੋਈ ਲੈਟਰਿੰਗ ਬਾਥਰੂਮ ਕੁਛ ਵੀ ਨਹੀਂ, ਅਤੇ ਪਰਚੀਆਂ ਇਹਨਾਂ ਜਿਹੜੀਆਂ ਵੱਡੀਆਂ ਲਾਈਆਂ, ਠੇਕੇਦਾਰਾਂ ਨੂੰ ਠੇਕੇ ਦੇ ਦਿੱਤੀਆਂ ਪਰਚੀਆਂ ਵੀ ਗੱਡੀਆਂ ਨੂੰ ਪਰਚੀਆਂ ਲਾਈ ਉਹ ਤੁਸੀਂ, ਅਤੇ ਬਸ ਪ੍ਰਬੰਧ ਕੋਈ ਨਹੀਂ ਆਵੇ, ਕੋਈ ਨਾ ਕੋਈ ਖੱਡੇ ਆ, ਪਾਣੀ ਭਰੇ ਪਿਆ ਸਾਰਾ। ਨੁਕਸਾਨ ਬਹੁਤ ਹੋ ਗਿਆ ਜੋ, ਸਾਰਾ ਮਾਲ ਗਿੱਲਾ ਹੋ ਗਿਆ ਜੋ, ਇਹ ਦੁਬਾਰਾ ਖਾਲੀ ਕਰਕੇ ਫਿਰ ਭਰਨਾ ਪੈਣਾ ਜੋ। ਬੋਰੀਆਂ ਵਾਲਾ ਗਿੱਲਾ ਹੋ ਗਿਆ, ਦੂਜਾ ਦੁਬਾਰਾ ਦੂਜਾ ਮਾਲ ਗਿੱਲਾ ਹੋ ਗਿਆ ਸਾਰਾ, ਖਰਚਾ ਵੀ ਵੱਧ ਜਾਂਦਾ, ਖਰਚਾ ਡਬਲ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਤੋਂ ਹੀ ਵੀਰ ਜੀ ਇਹ ਮੰਗ ਕਰਦੇ ਵੀ ਸ਼ੈੱਡ ਬਣਨੇ ਚਾਹੀਦੇ ਆ, ਅਤੇ ਟੈਂਡਰ ਗੱਡੀਆਂ ਦੇ ਰੇਟ ਵੱਧਦੇ ਪੈਣੇ ਚਾਹੀਦੇ ਆ, ਟਾਈਮ ਨਾਲ ਮਾਲ ਚੁੱਕਿਆ ਜਾਣਾ ਚਾਹੀਦਾ ਜੀ, ਮਾਲ ਟਾਈਮ ਨਾਲ ਚੁੱਕਿਆ ਨਹੀਂ ਜਾਂਦਾ, ਮਾਲ ਖਰਾਬ ਹੁੰਦਾ ਰਹਿੰਦਾ, ਰੋਲਦਾ ਰਹਿੰਦਾ ਮਹੀਨਾ ਮਹੀਨਾ ਮਾਲ। ਅੱਛਾ, ਹਾਂਜੀ, ਸ਼ੈੱਡ ਦੇ ਪ੍ਰਬੰਧ ਹੋਣੇ ਚਾਹੀਦੇ? ਹੁਣ ਜ਼ਰੂਰ ਹੋਣੇ ਚਾਹੀਦੇ ਆ, ਸ਼ੈੱਡ ਤੋਂ ਬਗੈਰ ਕਣਕ ਬੱਝ ਨਹੀਂ ਸਕਦੀ। ਅਸੀਂ 3 ਟਰੱਕ ਲੈ ਗਏ ਹਾਂ ਜਿਹੜੇ ਖਰਾਬ ਹੋ ਗਏ ਆ, ਅਸੀਂ ਇੱਥੋਂ ਪਰਸੋਂ ਗੱਡੀਆਂ ਖੜੀਆਂ ਸੀ ਭਰ ਕੇ, 3-4 ਖੜੀਆਂ ਜੇ, ਅਤੇ 2 ਦਿਨ ਉੱਥੇ ਖਲੋਤੇ ਰਹੇ ਹਾਂ, ਅਤੇ ਜੇ ਨੰਬਰ ਆਏ ਆ ਅਤੇ ਆਉਂਦੇ ਕਿ ਮਾਲ ਤੁਹਾਡਾ ਗਿੱਲਾ ਵਾ ਜਿਹੜਾ ਪਰਸੋਂ ਮੀਂਹ ਪਿਆ ਚੌਸ, ਅਤੇ ਉਹ ਆਉਂਦੇ ਆ ਕਿ ਅੱਧੀ ਗੱਡੀ ਲਾਈ ਉਹਨਾਂ ਨੇ, ਅੱਧੇ ਆ ਮੋੜਤੇ ਆ ਜੇ, ਅਤੇ ਅਸੀਂ ਇੱਥੇ ਲਿਆ ਕੇ ਡੱਕਤੇ ਆ, ਨਾ ਹੁਣ ਦੁਕਾਨ ਵਾਲਾ ਆਇਆ, ਨਾ ਕੁੱਖ, ਨਾ ਮੰਡੀ ਵਾਲਾ ਆਉਂਦਾ ਕੋਈ, ਅਤੇ ਸਵੇਰ ਦੇ ਖਲੋਤੇ ਗੱਡੀਆਂ ਲੈ ਕੇ। ਇਹਨਾਂ ਦੀ ਫਸਲ ਹੈ ਟਰੱਕ ਦੇ ਵਿੱਚ, ਉਹ ਕਿੱਥੇ? ਉਹ ਹਜੇ ਤੱਕ ਆਏ ਨਹੀਂ ਜੀ, ਅਸੀਂ ਫੋਨ ਲਾਉਂਦੇ ਹਾਂ, ਆਉਂਦੇ 10-15 ਮਿੰਟਾਂ 'ਚ ਆ ਗਏ ਆਉਣ ਨਹੀਂ ਦੇ ਜੀ, ਹਜੇ ਤੱਕ ਤਾਂ ਆਏ ਨਹੀਂ ਜੀ। ਨੁਕਸਾਨ ਜਿਹੜਾ ਹੋ ਚੁੱਕਿਆ? ਨੁਕਸਾਨ ਤਾਂ ਜਿਹੜਾ ਹੋਇਆ ਹੋਇਆ ਹੀ ਆ, ਤਾਂ ਹੁਣ ਇਹਨਾਂ ਨੂੰ ਤਾਂ ਸਾਂਭੇ ਜਿਹੜਾ ਹੈਗਾ ਵਾ, ਇਹ ਤਾਂ ਹੁਣ ਸਾਂਭਣਾ।
ਪਰ ਹਜੇ ਤੱਕ ਤੇ ਕੋਈ ਆਇਆ ਨਹੀਂ ਜੇ ਅਸੀਂ ਮੰਡੀਆਂ 'ਚ ਆਉਂਦੇ ਜਾਂਦੇ ਰਹਿੰਦੇ ਹੋ ਕੀ ਲੱਗਦਾ ਕਿ ਮੰਡੀਆਂ ਦੇ ਵਿੱਚ ਕਿਹੜੇ ਪ੍ਰਬੰਧ ਜਿਹੜੇ ਹੋਣੇ ਚਾਹੀਦੇ ਮੰਡੀਆਂ 'ਚ ਇੱਕ ਤਾਂ ਸ਼ੈੱਡ ਚਾਹੀਦਾ ਜੇ ਉਹ ਵੀ ਬਹੁਤ ਸਾਰੇ ਚਾਹੀਦੇ ਆ ਜਿਹੜੀਆਂ ਫਸਲ ਦਾ ਵੱਖਰਾ ਹੋਵੇ ਗੱਡੀਆਂ ਜਿਹੜੀਆਂ ਭਰੀਆਂ ਉਹਨਾਂ ਦਾ ਵੱਖਰਾ ਹੋਵੇ ਗੱਡੀਆਂ ਲਾਉਣ ਲਈ ਅਤੇ ਜਿਹੜੀਆਂ ਟਰਾਲੀਆਂ ਵਿੱਚ ਫਸਾਫ ਸੂ ਦਿੰਦੇ ਆ ਉਹ ਵੀ ਥੋੜ੍ਹਾ ਧਿਆਨ ਚਾਹੀਦਾ ਇਹਨਾਂ ਨੂੰ ਕਿ ਰਾਹ ਖੁੱਲ੍ਹੇ ਕਰਨ ਵਧੀਆ ਤਰ੍ਹਾਂ ਪ੍ਰਬੰਧ ਚਾਹੀਦਾ ਹੈ ਵਿੱਦਿਆ ਇਹੋ ਜਿਹੇ ਵੇਖੋ ਜੀ ਜਿਹੜੀ ਬੇਮੌਸਮੀ ਬਰਸਾਤ ਹੋਈ ਆ ਇਹਦੇ ਨਾਲ ਕਿਸਾਨ ਦਾ ਜਿਹੜਾ ਬਹੁਤ ਭਾਰੀ ਨੁਕਸਾਨ ਹੋਇਆ ਜਿਹੜੀ ਸਾਡੀ ਪ੍ਰਤੀ ਏਕੜ ਦੇ 22-23 ਕੁਇੰਟਲ ਕਣਕ ਨਿਕਲ ਰਹੀ ਸੀ ਅੱਜ ਜਿਹੜੀ ਬਰਸਾਤ ਤੋਂ ਬਾਅਦ ਹੈ ਉਹ 11 ਕੁਇੰਟਲ ਜਿਹੜੀ ਕਣਕ ਰਹਿ ਗਈ ਆ ਕਿਸਾਨ ਨੂੰ ਘੱਟੋ ਘੱਟ ਨਹੀਂ ਤਾਂ ਪ੍ਰਤੀ ਏਕੜ ਦੇ ਪਿੱਛੇ 20-25 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਜਿਹਦਾ ਕਿ ਬਹੁਤ ਭਾਰੀ ਘਾਟਾ ਵਾ ਕਿਸਾਨ ਪਹਿਲਾਂ ਹੀ ਜਿਹੜਾ ਵਾ ਕਰਜ਼ੇ ਦੀ ਬੋਝ ਥੱਲੇ ਆ ਅਤੇ ਜਿਹੜੀ ਬਰਸਾਤ ਦੇ ਨਾਲ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸਾਨ ਦਾ ਲੱਗਦਾ ਕਿ ਜਿਹੜੀਆਂ ਬੋਰੀਆਂ ਦੇ ਵਿੱਚ ਕਣਕ ਜਿਹੜੀ ਗਿੱਲੀ ਹੋਈ ਇਹਦਾ ਕਿਸਾਨ ਅਤੇ ਆੜ੍ਹਤੀ ਨੂੰ ਘਾਟਾ ਪਊਗਾ ਨਹੀਂ ਜਿਹੜੀ ਬੋਰੀਆਂ ਦੇ ਵਿੱਚ ਵੇਖੋ ਕਣਕ ਪੈ ਗਈ ਇਹ ਆੜ੍ਹਤੀ ਦੇ ਪੇਟੇ ਪੈ ਗਈ ਇਹਦਾ ਕੋਈ ਬੋਰੀ ਦਾ ਨੁਕਸਾਨ ਹੁੰਦਾ ਹੈ ਚਾਹੇ ਇਹਨੂੰ ਦੁਬਾਰਾ ਪਲਟ ਕੇ ਭਰਨਾ ਪੈਂਦਾ ਹੈ ਚਾਹੇ ਕਣਕ ਖਰਾਬ ਹੁੰਦੀ ਹੈ ਇਹਦਾ ਜਿਹੜਾ ਮੁਆਵਜ਼ਾ ਵਾ ਉਹ ਆੜ੍ਹਤੀ ਨੇ ਭਰਨਾ ਕਿਸਾਨ ਜਿਹੜਾ ਵਾ ਉਹ ਜਖਾ ਕੇ ਜਦੋਂ ਬੋਰੀਆਂ 'ਚ ਪੈ ਗਈ ਕਿਸਾਨ ਆਪਣੇ ਘਰ ਚਲ ਗਿਆ ਇਹ ਜਿਹੜੀ ਅੱਜ ਕਣਕ ਮੰਡੀਆਂ ਦੇ ਵਿੱਚ ਪਈ ਆ ਇਹ ਆੜ੍ਹਤੀ ਦੇ ਸਿਰ 'ਤੇ ਬੋਝ ਆ ਲਿਫਟਿੰਗ ਹੁੰਦੀ ਪਈ ਆ ਜੀ ਮੰਡੀ 'ਚ ਹਾਂ ਤਕਰੀਬਨ ਹੋ ਰਹੀ ਆ ਪਰ ਸਲੋ ਆ ਹੋ ਰਹੀ ਆ ਲਿਫਟਿੰਗ ਸਰਕਾਰ ਦੀ ਕਿੰਨੀ ਹੋ ਰਹੀ ਸਰਕਾਰ ਦੀ ਤਕਰੀਬਨ ਪਰਚੇਜ ਹੀ ਬਹੁਤ ਐਤਕੀ ਘੱਟ ਆ ਸਾਡੀ ਅੰਮ੍ਰਿਤਸਰ ਮੰਡੀ ਦੇ ਵਿੱਚ ਉਹਦਾ ਕਾਰਨ ਆ ਕਿ ਪ੍ਰਾਈਵੇਟ ਪਲੇਅਰ ਜਿਹੜਾ ਵਾ ਉਹ ਲਈ ਜਾ ਰਿਹਾ ਕਣਕ ਅਤੇ ਜਿਹੜਾ ਆੜ੍ਹਤੀ ਵਰਗ ਆ ਸਰਕਾਰ ਤੋਂ ਜਿਹੜਾ ਵਾ ਉਹਨੂੰ ਘੱਟ ਤਰਜੀਹ ਦਿੰਦਾ ਵਾ ਅਤੇ ਪ੍ਰਾਈਵੇਟ ਨੂੰ ਵੱਧ ਤਰਜੀਹ ਦਿੰਦਾ ਉਹਦਾ ਕਾਰਨ ਹੈ ਉਹਦਾ ਕਾਰਨ ਆ ਕਿ ਸਰਕਾਰ ਨੂੰ ਵੇਚੀ ਹੋਈ ਕਣਕ ਦੇ ਉੱਤੇ ਸਾਨੂੰ 45 ਰੁਪਏ ਪ੍ਰਤੀ ਕੁਇੰਟਲ ਦੀ ਆੜ੍ਹਤ ਮਿਲਣੀ ਹੈ ਜਦਕਿ ਪ੍ਰਾਈਵੇਟ ਨੂੰ ਅਸੀਂ ਵੇਚਾਂਗੇ ਤਾਂ ਉਹਦੀ ਸਾਨੂੰ ਆੜ੍ਹਤ ਪੂਰੀ 2.5% ਨਾਲ 56 ਰੁਪਏ ਸਾਡੀ ਆੜ੍ਹਤ ਪਾਉਂਦੀ ਹੈ ਉਹ ਪੂਰੀ ਮਿਲਣੀ ਇਸ ਕਰਕੇ ਜਿਹੜਾ ਆੜ੍ਹਤੀ ਵਰਗ ਆ ਉਹ ਪ੍ਰਾਈਵੇਟ ਨੂੰ ਜਿਹੜੀ ਆਪਣੀ ਕਣਕ ਵੇਚਣ 'ਚ ਮਜਬੂਰ ਜਿਹੜੀ ਵੇਖੋ ਅੱਜ ਮੰਡੀ ਦੇ ਵਿੱਚ ਕਮੀ ਆ ਉਹ ਸ਼ੈੱਡਾਂ ਦੀ ਆ ਕਿਉਂਕਿ ਬਰਸਾਤ ਜਿਹੜੀ ਆ ਹੁੰਦੀ ਆ ਨਾ ਰੁਕ ਸਕਦੀ ਨਾ ਪਿੱਛੇ ਰੁਕੀ ਆ ਨਾ ਅੱਗੇ ਰੁਕਣੀ ਆ ਅਤੇ ਸਰਕਾਰ ਨੂੰ ਜ਼ਰੂਰ ਇਹ ਚਾਹੀਦਾ ਕਿ ਮੰਡੀ ਦੇ ਵਿੱਚ ਜਿਹੜੇ 4-5 ਸ਼ੈੱਡ ਹੋਰ ਬਣ ਜਾਣ ਜਦਕਿ ਜਿਹੜੀ ਆਈ ਖੇਤਾਂ ਦੇ ਵਿੱਚੋਂ ਕੱਟ ਕੇ ਆਈ ਫਸਲ ਮੰਡੀ ਦੇ ਵਿੱਚ ਜਿਹੜੀ ਆ ਉਹਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ਕਿੰਨੇ ਸ਼ੈੱਡ ਦੀ ਮੰਗ ਕਰਦੇ ਤੁਸੀਂ ਕਮ ਸੇ ਕਮ 4 ਸ਼ੈੱਡ ਦੀ ਹੋਰ ਮੰਗ ਕਰਦੇ ਹਾਂ ਕਿਉਂਕਿ ਸਾਡੀ ਮੰਡੀ 124 ਕਿੱਲਿਆਂ ਦੇ ਵਿੱਚ ਮੰਡੀ ਹੈ ਸਿਰਫ ਅਤੇ ਸਿਰਫ 4 ਸ਼ੈੱਡ ਨੇ ਸਾਡੇ ਕੋਲ ਜੇ ਇੰਨੇ ਸ਼ੈੱਡ ਹੋਰ ਮਿਲ ਜਾਣ ਤਾਂ ਕਾਫੀ ਫਸਲ ਦਾ ਜਿਹੜਾ ਨੁਕਸਾਨ ਤੋਂ ਬਚ ਸਕਦਾ